ਕੋਵਿਡ ਦੇ ਮਾਮਲੇ ਬੀਸੀ ਦੇ ਵਿੱਚ ਵਧਣ ਦੇ ਨਾਲ ਹਰ ਉਹ ਤਰੀਕਾ ਲੱਭਿਆ ਜਾ ਰਿਹਾ ਹੈ ਜਿਸ ਦੇ ਨਾਲ ਕੋਵਿਡ ਨੂੰ ਘਟਾਉਣ ਦੇ ਵਿੱਚ ਮਦਦ ਮਿਲ ਸਕੇ। ਸੰਪਰਕ ਟ੍ਰੇਸਿੰਗ ਟਰੈਕ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਕੋਵਿਡ ਨੂੰ ਟਰੈਕ ਕਰਨ ਦਾ ਇਹ ਸਹੀ ਤਰੀਕਾ ਹੈ। ਕਈ ਮਾਹਰ ਇਸ ਦੇ ਉੱਤੇ ਆਪਣੀ ਵੱਖ ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਰੱਖ ਰਹੇ ਨੇ ਅਤੇ ਨਾਲ ਹੀ ਇਹ ਦੱਸ ਰਹੇ ਨੇ ਕਿ ਕੋਵਿਡ ਦੀ ਪਹਿਲੀ ਲਹਿਰ ਦੀ ਦੂਜੀ ਦੇ ਨਾਲ ਤੁਲਨਾ ਕਰਨਾ ਕੀ ਸਹੀ ਹੈ। ਇਸ ਰਿਪੋਰਟ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦਿਆਂ ਮਾਸ਼ਰਾ ਕੀ ਹੈ ਕਿ ਸੰਪਰਕ ਟ੍ਰੇਸਿੰਗ ਕੋਵਿਡ 19 ਨੂੰ ਟਰੈਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭ ਰਿਹਾ ਹੈ। ਜਿਵੇਂ ਕਿ ਬੀਸੀ ਦੇ ਵਿੱਚ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇੱਕ ਮਾਹਰ ਦੇ ਮੁਤਾਬਕ ਜਦੋਂ ਸਾਨੂੰ ਟੈਸਟ ਕਰਨ ਦੀ ਗੱਲ ਆਉਂਦੀ ਹੈ ਜਾਂ ਘੱਟੋ ਘੱਟ ਵਾਧੂ ਵਿਧੀਆਂ ਜੋੜਦਿਆਂ ਸਾਨੂੰ ਆਪਣਾ ਧਿਆਨ ਬਦਲਣਾ ਚਾਹੀਦਾ ਹੈ। SFU ਦੀ ਗਣਿਤ ਰਿਸਰਚ ਚੇਅਰ ਇਨਫੈਕਸ਼ਨ ਇਵੈਲੂਏਸ਼ਨ ਤੇ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਸਾਨੂੰ ਕੁਝ ਅਜਿਹਾ ਸਥਾਪਿਤ ਕਰਨ ਦੀ ਲੋੜ ਹੈ ਜੋ ਮੁੱਖ ਤੌਰ ਤੇ ਲੱਛਣ ਵਾਲੇ ਵਿਅਕਤੀਆਂ ਦੀ ਪਰਖ ਨਹੀਂ ਕਰਦੇ ਤੇ ਫਿਰ ਕਿਸੇ ਦੇ ਲੱਛਣ ਹੋਣ ਤੋਂ ਬਾਅਦ ਸੰਪਰਕ ਦਾ ਪਤਾ ਲਗਾਉਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ 19 ਦੀ ਪਹਿਲੀ ਲਹਿਰ ਦੀ ਦੂਜੀ ਨਾਲ ਤੁਲਨਾ ਕਰਨਾ ਵੀ ਮੁਸ਼ਕਿਲ ਹੈ। ਕਾਲੀਜਨ ਨੇ ਕਿਹਾ ਕਿ ਅਸੀਂ ਪਹਿਲੀ ਲਹਿਰ ਖਤਮ ਨਹੀਂ ਕੀਤੀ ਤੇ ਵੇਵ ਭਾਸ਼ਾ ਹੀ ਮੁਸ਼ਕਿਲ ਦਾ ਕਾਰਨ ਹੈ। ਸਾਡੇ ਕੋਲ ਇਕ ਛੋਟਾ ਜਿਹਾ ਝਟਕਾ ਸੀ ਤੇ ਅਸੀਂ ਸਭ ਕੁਝ ਬੰਦ ਕਰ ਦਿੱਤਾ। ਕਾਲੀਜਨ ਮੁਤਾਬਕ ਉਸ ਨੂੰ ਵਿਸ਼ਵਾਸ ਨਹੀਂ ਹੈ ਕਿ ਇਸ ਦੀ ਸੰਭਾਵਨਾ ਹੈ ਕਿ ਅਸੀਂ ਬਸੰਤ ਰੁੱਤ ਦੇ ਵਿਚ ਪਾਲਣਾ ਦੇ ਪੱਧਰ ਦੇ ਨਾਲ ਇਕ ਹੋਰ ਪੂਰਨ ਤੌਰ ਤੇ ਬੰਦ ਵਿਚ ਹੋਵਾਂਗੇ। ਪਰ ਚਿੰਤਾਵਾਂ ਦੇ ਸੰਪਰਕ ਦਾ ਪਤਾ ਲਗਾਉਣਾ ਕਾਰੋਬਾਰਾਂ ਨੂੰ ਖੁੱਲ੍ਹਾ ਰੱਖਣ ਲਈ ਮਾਮਲਿਆਂ ਨੂੰ ਘੱਟ ਰੱਖਣ ਲਈ ਕਾਫ਼ੀ ਨਹੀਂ ਹੋਵੇਗਾ। ਕਾਲੀਜਨ ਕੁਝ ਪੋਲ ਵਾਲੀਆਂ ਟੈਸਟਿੰਗ ਤਕਨੀਕਾਂ ਦਾ ਸੁਝਾਅ ਦਿੰਦੀ ਹੈ ਜੋ ਕੋਵਿਡ 19 ਨਾਲ ਰਹਿਣ ਤੇ ਇਸ ਨੂੰ ਨਿਰੰਤਰਣ ਦੇ ਵਿਚ ਰੱਖਣ ਦੇ ਤਰੀਕੇ ਲੱਭਣ ਦੇ ਵਿਚ ਸਾਡੀ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਸਕਰੀਨਿੰਗ ਦੁਆਰਾ ਪੂਲਡ ਟੈਸਟਿੰਗ ਕਿਸੇ ਹੋਰ ਚੀਜ਼ ਦਾ ਰੂਪ ਹੈ, ਇਸ ਲਈ ਸਾਡੇ ਉਪਯੋਗੀ ਸੰਪਰਕਾਂ ਨੂੰ ਹੋਰ ਉਪਾਵਾਂ ਦੇ ਨਾਲ ਜੋੜ ਕੇ ਟੈਸਟ ਕਰਨਾ ਹੈ, ਸੋ ਅਸੀਂ ਉਹ ਕਰ ਰਹੇ ਹਾਂ। ਕਾਲਜਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਦੀ ਹਫ਼ਤੇ ਦੇ ਵਿਚ ਦੋ ਵਾਰ ਜਾਂਚ ਕਰਨ ਦੀ ਲੋੜ ਨਹੀਂ ਹੈ, ਪਰ ਤੁਸੀਂ ਉਨ੍ਹਾਂ ਨੂੰ ਸਮੂਹ ਬਣਾਉਂਦੇ ਹੋ ਤੇ ਫਿਰ ਜੇ ਕੁਝ ਸਕਾਰਾਤਮਕ ਆਉਂਦਾ ਹੈ ਤਾਂ ਤੁਸੀਂ ਅਗਲੀ ਕਾਰਵਾਈ ਕਰਦੇ ਹੋ। ਬੀਸੀ ਬੁੱਧਵਾਰ ਨੂੰ ਮਹਾਮਾਰੀ ਦੇ ਵਿਚ ਹੁਣ ਤੱਕ ਦਾ ਸਭ ਤੋਂ ਖਰਾਬ ਦਿਨ ਦਸਿਆ ਗਿਆ। ਇਹ ਕੋਵਿਡ 19 ਦੇ 738 ਨਵੇਂ ਕੇਸਾਂ ਦੇ ਨਾਲ ਨਾਲ ਵਾਇਰਸ ਕਾਰਨ ਹਸਪਤਾਲ ਦੇ ਵਿਚ ਦਾਖਲ ਹੋਣ ਲਈ ਰੋਜ਼ਾਨਾ ਵਧ ਰਹੇ ਨੇ। ਹਾਲਾਂਕਿ ਫਰੇਜ਼ਰ ਸਿਹਤ ਖੇਤਰ ਸੂਬੇ ਦੀ ਅਗਵਾਈ ਕਰਨਾ ਜਾਰੀ ਰੱਖਦਾ ਹੈ। ਸਮੁੱਚੇ ਬੀਸੀ ਦੇ ਵਿਚ ਹੁਣ ਵਾਇਰਸ ਦੀ ਲਾਗ ਦੇ ਨਾਲ ਸਾਰੇ ਨਜਿੱਠ ਰਹੇ ਨੇ। ਕਾਲਜਾਂ ਦਾ ਕਹਿਣਾ ਹੈ ਕਿ ਹਾਲਾਂਕਿ ਸਕਾਰਾਤਮਕ ਦਰਾਂ ਦੀ ਵਿਆਖਿਆ ਕਰਨਾ ਮੁਸ਼ਕਿਲ ਹੋ ਸਕਦਾ ਹੈ, ਜੇ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦੇ ਹਿੱਸੇ ਨੂੰ ਕੋਵਿਡ 19 ਲਈ ਸਕਾਰਾਤਮਕ ਟੈਸਟਿੰਗ ਇਕ ਹਫ਼ਤੇ ਵੱਧ ਰਹੀ ਹੈ ਤੇ ਟੈਸਟਿੰਗ ਅਭਿਆਸ ਨਹੀਂ ਬਦਲਿਆ ਤਾਂ ਕੁਝ ਕਰਨ ਦੀ ਲੋੜ ਹੈ। ਸੂਬਾਈ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਰਾਏ ਤੇ ਲਿਆਉਣ ਦੇ ਯਤਨਾਂ ਬਾਰੇ ਵਿਸਥਾਰ ਨਾਲ ਦਸਿਆ। ਅੱਜ ਦੀ ਤਰੀਕ ਵਿਚ ਜੋ ਪਿਛਲੇ ਹਫ਼ਤੇ ਦੇ ਵਿਚ 222 ਨਵੇਂ ਸੰਪਰਕ ਟਰੇਸਰ ਲਿਆਂਦੇ ਗਏ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਸਟੈਟਿਸਟਿਕਸ ਕੈਨੇਡਾ 70 ਫੈਡਰਲ ਵਰਕਰਾਂ ਨੂੰ ਬੀਸੀ ਦੀ ਸਹਾਇਤਾ ਭੇਜ ਰਿਹਾ ਹੈ। ਸੰਪਰਕ ਟਰੇਸਿੰਗ ਜੋ ਸਾਡੇ ਪ੍ਰਾਂਤ ਦੇ ਵਿਚ ਵਾਇਰਸ ਦਾ ਪਤਾ ਲਗਾਉਣ ਤੇ ਕੰਮ ਕਰ ਰਹੇ ਲੋਕਾਂ ਦੀ ਕੁੱਲ ਸੰਖਿਆ ਨੂੰ ਲਗਭਗ 1,000 ਤੱਕ ਲੈ ਆਉਂਦੇ ਨੇ। ਡਿਕਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਘੱਟੋ ਘੱਟ 200 ਲੋਕਾਂ ਦੀ ਨਿਯੁਕਤੀ ਕੀਤੀ ਜਾਏਗੀ। ਬੁੱਧਵਾਰ ਨੂੰ ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ ਬੌਨੀ ਹੈਨਰੀ ਨੇ ਕਿਹਾ ਕਿ ਬੀਸੀ ਦੇ ਵਿਚ ਕਈ ਤੇਜ਼ ਟੈਸਟਿੰਗ ਮਸ਼ੀਨਾਂ ਪ੍ਰਾਪਤ ਹੋਈਆਂ ਨੇ ਸੂਬਾ ਸਰਕਾਰ ਤੋਂ। ਉਨ੍ਹਾਂ ਦਸਿਆ ਕਿ ਅਸੀਂ 131 ਮਸ਼ੀਨਾਂ ਤੇ 27,000 ਟੈਸਟ ਪ੍ਰਾਪਤ ਕੀਤੇ ਨੇ। ਹਾਲਾਂਕਿ ਜਿਵੇਂ ਕਿ ਤੁਸੀਂ ਦੱਸ ਸਕਦੇ ਹੋ ਕਿ ਇਹ ਕਾਫ਼ੀ ਨਹੀਂ ਹੋਏਗਾ। ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਦਸਿਆ ਹੈ ਕਿ ਇਨ੍ਹਾਂ ਟੈਸਟਾਂ ਦੀ ਵਰਤੋਂ ਕਿਵੇਂ ਕੀਤੀ ਜਾਏ, ਪਰ ਇਹ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ ਹਨ। ਬੀਸੀ ਹੋਰ ਟੈਸਟਾਂ ਦੇ ਆਉਣ ਦੀ ਉਮੀਦ ਕਰ ਰਿਹਾ ਹੈ। ਹੈਨਰੀ ਨੇ ਕਿਹਾ ਕਿ ਉਹ ਆਸ ਕਰਦੇ ਨੇ ਕਿ ਹੋਰਨਾਂ ਕਿਸਮਾਂ ਦੇ ਤੇਜ਼ ਟੈਸਟਿੰਗ ਨੂੰ ਅਸਿੰਪਟੋਮੈਟਿਕ ਟੈਸਟ ਲਈ ਪ੍ਰਵਾਨਗੀ ਮਿਲਦੀ ਹੈ। ਹੈਨਰੀ ਨੇ ਨਾਲ ਹੀ ਦਸਿਆ ਕਿ ਉਮੀਦ ਕਰਦੇ ਹਾਂ ਕਿ ਬੀਸੀ ਵੈਕਸੀਨ ਦੀ ਡੋਜ਼ ਜਲਦੀ ਹੀ ਪ੍ਰਾਪਤ ਕਰੇਗਾ ਜਦੋਂ ਵੀ ਇਹ ਅਵੇਲੇਬਲ ਹੋਣਗੀਆਂ। ਇਸ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।